ਫਿਰ ਕੀ ਹੋਇਆ ਤਿੰਨ ਸਗਲੀ ਤਿੰਨ ਕਮਟਾ ਅਸੀਂ ਕੀ ਸਮਝਿਆ ਵੀ ਬਾਣੀ ਉੱਤੋਂ ਆਈ ਹੈ ਧੁਰ ਕੀ ਹੈ ਧੁਰ ਤੋਂ ਅਰਥ ਹੁੰਦਾ ਮੁੱਢ ਦੇਖੋ ਗੁਰਬਾਣੀ ਦੇ ਵਿੱਚ ਸਮਰਥਕ ਸ਼ਬਦ ਬੜੇ ਵਰਤੇ ਗਏ ਨੇ ਮੈਂ ਕੇਵਲ ਇੱਕੋ ਉਦਾਹਰਨ ਸਾਂਝੀ ਕਰਾਂਗਾ ਇੱਕ ਸ਼ਬਦ ਆਉਂਦਾ ਬਈ ਤਿਨੀ ਪੀਤਾ ਰੰਗ ਸਿਉਂ ਇੱਕ ਸ਼ਬਦ ਆਉਂਦਾ ਤਿਨੀ ਪੀਤਾ ਰੰਗ ਸਿਉਂ ਜਿਨ ਕੋ ਲਿਖਿਆ ਆਦ ਹੁਣ ਆਦ ਸ਼ਬਦ ਕੀ ਹੈ ਮੁੱਢ ਤੋਂ ਜਦੋਂ ਆਪਾਂ ਪੜ੍ਹਦੇ ਹਾਂ ਨਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹੁਣ ਇਹਦਾ ਮਤਲਬ ਕੀ ਹੈ ਆਪਾਂ ਤੇ ਇਹ ਸੋਚ ਲੈਂਦੇ ਹਾਂ ਵੀ ਜਿਹਦੇ ਭਾਗਾਂ ਚ ਹੋਏਗਾ ਜੀ ਉਹੀ ਪੀ ਸਕਦਾ ਇਹ ਤਿਨੀ ਪੀਤਾ ਰੰਗ ਸਿਉਂ ਰੰਗ ਦਾ ਅਰਥ ਕੀ ਹੈ ਪਿਆਰ ਇਹਦਾ ਅਰਥ ਕੀ ਬਣੇਗਾ ਵੀ ਮੁੱਢ ਕਦੀਮਾ ਤੋਂ ਜਦੋਂ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ ਇਹੀ ਨਿਯਮ ਲਾਗੂ ਹੈ ਵੀ ਜਿਸ ਮਨੁੱਖ ਨੇ ਵੀ ਸੱਚ ਦੇ ਰੰਗ ਨਾਲ ਜੁੜਨਾ ਸੱਚ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਜਾਂ ਇਹ ਰੰਗ ਪੀਣ ਤੋਂ ਭਾਵ ਕਿ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਇਹਨੂੰ ਪਿਆਰ ਨਾਲ ਹੀ ਬਣਾਇਆ ਜਾ ਸਕਦਾ ਹੈ ਧੱਕੇ ਨਾਲ ਨਹੀਂ ਬਣਾਇਆ ਜਾ ਸਕਦਾ ਤਿਨੀ ਪੀਤਾ ਰੰਗ ਸੀ ਇਹਨੂੰ ਪੀਣ ਦਾ ਇੱਕੋ ਹੀ ਢੰਗ ਹੈ ਇੱਕੋ ਹੀ ਤਰੀਕਾ ਹੈ ਉਹ ਕੀ ਹੈ ਪਿਆਰ ਨਾਲ ਪੀਆ ਜਾ ਸਕਦਾ ਹੋਰ ਜ਼ੋਰ ਜ਼ਬਰਦਸਤੀ ਨਾਲ ਪੀਤਾ ਹੀ ਨਹੀਂ ਜਾ ਸਕਦਾ ਤਿਨੀ ਪੀਤਾ ਰੰਗ ਸਿਉ ਜਿਨ ਕੋ ਲਿਖਿਆ ਆਦ ਪਰ ਅਸੀਂ ਸਮਝ ਲੈਂਦੇ ਹਾਂ ਵੀ ਇਹ ਤੇ ਜੀ ਉੱਤੋਂ ਲਿਖਿਆ ਹੋਇਆ ਜਿਹਨੇ ਪੀਣਾ ਇਹ ਤੇ ਇਸ ਤਰੀਕੇ ਨਾਲ ਹੈ ਨਹੀਂ ਸਤਸੰਗਤ ਹੁਣ ਦੇਖੋ ਜਦੋਂ ਇਹ ਗੱਲ ਸਾਡੇ ਸਾਹਮਣੇ ਆਈ ਧੁਰ ਕੀ ਬਾਣੀ ਦਾ ਮਤਲਬ ਕੀ ਹੋਇਆ ਵੀ ਜਿਸ ਮਨੁੱਖ ਦੇ ਪ੍ਰਭੂ ਦੀ ਸਿਫ ਸਲਾਹ ਦੀ ਬਾਣੀ ਜਿਸ ਮਨੁੱਖ ਦੇ ਹਿਰਦੇ ਦੇ ਅੰਦਰ ਆ ਵਸੀ ਤਿੰਨ ਸਗਲੀ ਚਿੰਤ ਮਿਟਾਈ ਉਹਦੀ ਚਿੰਤਾ ਦੂਰ ਹੋ ਜਾਂਦੀ ਹੈ ਭਾਵ ਉਹ ਦੁੱਖਾਂ ਸੁੱਖਾਂ ਤੋਂ ਨਿਰੇਪ ਹੋ ਕੇ ਸੋਹਣੀ ਜ਼ਿੰਦਗੀ ਜੀਣ ਦੇ ਯੋਗ ਬਣ ਜਾਂਦਾ ਹੈ ਇੱਕ ਉਦਾਹਰਨ ਆਪਾਂ ਭਾਈ ਗੁਰਦਾਸ ਜੀ ਦੀ ਸਾਂਝੀ ਕੀਤੀ ਹੁਣ ਆਪਾਂ ਬਾਣੀ ਵਿੱਚੋਂ ਪ੍ਰਮਾਣ ਲੈਂਦੇ ਹਾਂ ਜਦੋਂ ਆਪਾਂ ਸਿੱਧ ਗੋਸ਼ਟ ਪੜ੍ਹਦੇ ਹਾਂ ਨਾ 939 ਅੰਕ ਦੇ ਉੱਪਰ ਗੁਰੂ ਸਾਹਿਬ ਦੀ ਵਾਰਤਾ ਦਾ ਇੱਕ ਬੰਦ ਦਰਜ ਹੈ ਜਿੱਥੇ ਗੁਰੂ ਸਾਹਿਬ ਦੇ ਨਾਲ ਵਿਚਾਰ ਹੋਈ ਉਹਨਾਂ ਨੇ ਪਹਿਲਾਂ ਪੁੱਛਿਆ ਸੀ ਵੀ ਤੁਹਾਡੀ ਜ਼ਿੰਦਗੀ ਦਾ ਰਹਿਣ ਦਾ ਢੰਗ ਸੰਗ ਕਿੱਦਾਂ ਉਹ ਕਹਿਣ ਲੱਗੇ ਵੀ ਅਸੀਂ ਤੇ ਕੰਧਰਾਂ ਵਿੱਚ ਰਹਿੰਦੇ ਹਾਂ ਘਰ ਦੇ ਜ਼ਿੰਮੇਵਾਰੀਆਂ ਤੋਂ ਪਾਸੇ ਹਾਂ ਪਰ ਗੁਰੂ ਸਾਹਿਬ ਨੇ ਉਹਨਾਂ ਨੂੰ ਜਵਾਬ ਦਿੱਤਾ ਸੀ ਵੀ ਹੱਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਈ ਨਾਵੇਂ ਮਨ ਟੇਕ ਨਾ ਟਿਕਈ ਨਾਨਕ ਭੂਖ ਨਾ ਜਾਏ ਕਹਿਣ ਲੱਗੇ ਵੀ ਮੈਂ ਤੇ ਭਾਈ ਆਪਣੇ ਪਰਿਵਾਰ ਤੋਂ ਤੇ ਕਿਰਤ ਕੀਤੇ ਤੋਂ ਬਿਨਾਂ ਇੱਕ ਪਲ ਵੀ ਨਹੀਂ ਰਹਿ ਸਕਦਾ ਤੇ ਮੇਰਾ ਚਿੱਤ ਜਿਹੜਾ ਹੈ ਫਿਰ ਦੂਜਿਆਂ ਦੇ ਵਾਲੇ ਪਾਸੇ ਨਹੀਂ ਡੋਲਦਾ ਮੈਂ ਚਿੱਤ ਇਕਾਗਰ ਕਰਕੇ ਰੱਖਦਾ ਉਸੇ ਤਹਿਤ ਅੱਗੇ ਗੱਲ ਚੱਲੀ ਸੀ ਉਹਨਾਂ ਨੇ ਪੁੱਛਿਆ ਸੀ ਵੀ ਜੇ ਤੁਸੀਂ ਇੱਦਾਂ ਰਹਿੰਦੇ ਹੋ ਤੇ ਸਾਨੂੰ ਇਹ ਦੱਸੋ ਵੀ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਜੇ ਤੁਸੀਂ ਕਹਿੰਦੇ ਹੋ ਨਾ ਵੀ ਮੈਂ ਪਰਿਵਾਰ ਤੋਂ ਬਿਨਾਂ ਨਹੀਂ ਰਹਿ ਸਕਦਾ ਵੀ ਆਹ ਕੀ ਚੱਕਰ ਹੈ ਇੱਕ ਪਾਸੇ ਤੁਸੀਂ ਕਹਿੰਦੇ ਵੀ ਪਰਿਵਾਰ ਤੋਂ ਬਿਨਾਂ ਨਹੀਂ ਰਹਿ ਸਕਦਾ ਦੂਜੇ ਪਾਸੇ ਘਰ ਨੂੰ ਛੱਡ ਕੇ ਤੁਸੀਂ ਉਦਾਸੀ ਹੋ ਗਏ ਇਹ ਸਵਾਲ ਨੇ ਕਿਸ ਕਾਰਨ ਗ੍ਰਹਿ ਤਜਿਓ ਉਦਾਸੀ ਕਿਸ ਕਾਰਨ ਇਹ ਭੇਖ ਨਿਵਾਸੀ ਕਹਿੰਦੇ ਵੀ ਤੁਸੀਂ ਇਹ ਉਦਾਸੀਆਂ ਵਾਲੇ ਜਿਹੜਾ ਕੱਪੜੇ ਕਿਉਂ ਪਾ ਲਏ ਤੁਸੀਂ ਇਹ ਭੇਖ ਕਿਉਂ ਧਾਰਨ ਕਰਦੇ ਆ ਜੇ ਤੁਸੀਂ ਇਸ ਚੀਜ਼ ਨੂੰ ਮੰਨਦੇ ਹੀ ਨਹੀਂ ਤੇ ਕਿਉਂ ਕੀਤਾ ਤੁਸੀਂ ਕਿਸ ਕਾਰਨ ਇਹ ਭੇਖ ਨਿਵਾਸੀ ਇਹ ਦੂਜਾ ਸਵਾਲ ਹੈ ਤੀਜਾ ਕਹਿਣ ਲੱਗੇ ਕਿਸ ਵੱਖਰ ਕੇ ਤੁਮ ਬਣ ਜਾਵੇ ਕਿਹੜਾ ਸੌਦਾ ਲੈ ਕੇ ਤੁਰਿਆ ਹੈ ਕੀ ਵੇਚਦਾ ਪਿਆ ਸੰਸਾਰ ਦੇ ਵਿੱਚ ਕੀ ਵਸਤੂ ਹੈ ਤੇਰੇ ਕੋਲ ਕਿਉਂ ਕਰ ਸਾਧ ਨਿਗਾਹੋ ਪਾਰੇ ਸੰਸਾਰ ਸਾਗਰ ਦੇ ਵਿੱਚੋਂ ਤੁਸੀਂ ਇਹ ਜਿਹੜਾ ਦੁੱਤਰ ਸਾਗਰ ਤੁਸੀਂ ਮੰਨਿਆ ਹੋਇਆ ਇਹਨੂੰ ਕਿੱਦਾਂ ਤੁਸੀਂ ਪਾਰ ਕਰੋਗੇ ਕਿੱਦਾਂ ਪਾਰ ਲੰਘਾਓਗੇ ਤੁਸੀਂ ਤੇ ਗੁਰੂ ਸਾਹਿਬ ਨੇ ਉਹਦਾ ਜਵਾਬ ਦਿੱਤਾ ਸੀ ਬੜਾ ਪਿਆਰਾ ਗੁਰਮੁਖ ਖੋਜਤ ਭਏ ਉਦਾਸੀ ਉਦਾਸੀ ਤਾਂ ਨਹੀਂ ਬਣੇ ਵੀ ਘਰ ਦੀ ਜ਼ਿੰਮੇਵਾਰੀਆਂ ਤੋਂ ਭੱਜ ਗਏ ਉਦਾਸੀ ਇਹ ਪ੍ਰਚਾਰਕ ਦੌਰੇ ਤਾਂ ਸ਼ੁਰੂ ਕੀਤੇ ਸੀ ਵੀ ਗੁਰਮੁਖਾਂ ਦੇ ਨਾਲ ਮੇਲ ਮਿਲਾਪ ਹੋਏ ਉਹ ਗੁਰਮੁਖ ਜਿਹੜੇ ਸੱਚ ਨਾਲ ਜੁੜ ਕੇ ਬੈਠੇ ਸੀ ਪਰ ਸੱਚ ਨੂੰ ਪੂਰਨ ਤੌਰ ਦੇ ਉੱਤੇ ਸਮਾਜ ਦੇ ਸਾਹਮਣੇ ਨਹੀਂ ਰੱਖ ਪਾਏ ਸੀ ਉਹਨਾਂ ਨੂੰ ਇੱਕ ਪਲੇਟਫਾਰਮ ਦੇਣ ਵਾਸਤੇ ਉਹਨਾਂ ਨੂੰ ਇੱਕ ਸਥਾਨ ਤੇ ਇਕੱਤਰ ਕਰਨ ਵਾਸਤੇ ਗੁਰਮੁਖ ਖੋਜਤ ਭਏ ਉਦਾਸੀ ਮਾਇਆ ਕੇ ਕਾਰਨ ਭੇਖ ਨਿਵਾਸੀ ਸਾਚ ਵੱਖਰ ਕੇ ਹਮ ਬਣ ਜਾ ਰਹੇ ਨਾਨਕ ਗੁਰਮੁਖ ਉਤਰ ਸਪਾਰੇ ਗੁਰੂ ਦੀ ਸਿੱਖਿਆ ਦੇ ਉੱਤੇ ਤੁਰ ਕੇ ਹੀ ਇਸ ਦੁੱਤਰ ਸੰਸਾਰ ਤੋਂ ਪਾਰ ਲੰਘਿਆ ਜਾ ਸਕਦਾ ਹੁਣ ਹੋਇਆ ਕੀ ਦੇਖੋ ਕਿੱਡੀ ਪਿਆਰੀ ਵਿਚਾਰ ਕਿੱਡੇ ਸੌਖੇ ਸ਼ਬਦਾਂ ਦੇ ਵਿੱਚ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਰੱਖ ਦਿੱਤੀ ਬਈ ਦੇਖੋ ਜਿਹੜੇ ਮੈਂ ਪ੍ਰਚਾਰਕ ਦੌਰੇ ਸ਼ੁਰੂ ਕੀਤੇ ਸੀ ਉਹਨਾਂ ਦਾ ਮੁੱਖ ਮੰਤਵ ਸੀ ਭਾਈ ਉਹ ਗੁਰਮੁਖ ਜਿਹੜੇ ਸੱਚ ਨੂੰ ਜਿਉਣ ਵਾਲੇ ਸੀ ਜਿਨ੍ਹਾਂ ਨੇ ਸੱਚ ਦਾ ਜ਼ਿੰਦਗੀ ਦੇ ਅੰਦਰ ਤਹੱਈਆ ਕੀਤਾ ਹੋਇਆ ਸੀ ਉਹਨਾਂ ਨੂੰ ਇਕੱਠੇ ਕਰਕੇ ਇੱਕ ਥਾਂ ਦੇ ਉੱਤੇ ਉਹ ਸ਼ਕਤੀ ਜਿਹੜੀ ਸੱਚ ਦੀ ਖਿਲਰੀ ਪਈ ਸੀ ਉਹਨੂੰ ਇੱਕ ਪਲੇਟਫਾਰਮ ਦਿੱਤਾ ਜਿੱਥੇ ਉਹ ਸਾਰੇ ਇਕੱਠੇ ਹੋ ਕੇ ਬੈਠ ਸਕਣ
ਹੁਣ ਇੱਥੋਂ ਇਹ ਗੱਲ ਸਮਝ ਪੈ ਜਾਂਦੀ ਹੈ ਵੀ ਗੁਰੂ ਸਾਹਿਬ ਉਸ ਵੇਲੇ ਤੋਂ ਹੀ ਆਪਣੇ ਕੋਲ ਪੋਥੀ ਦੇ ਵਿੱਚ ਗੁਰਬਾਣੀ ਦੇ ਜਿਹੜੇ ਸ਼ਬਦ ਉਹਨਾਂ ਨੂੰ ਜਿੱਦਾਂ ਜਿੱਦਾਂ ਆਉਂਦੇ ਸੀ ਉਸ ਤਰੀਕੇ ਨਾਲ ਉਹ ਆਪਣੇ ਕੋਲ ਲਿਖ ਕੇ ਨੋਟ ਕਰ ਲੈਂਦੇ ਸੀ। ਤੇ ਉਹਦੇ ਨਾਲ ਦੀ ਨਾਲ ਜਦੋਂ ਆਪਾਂ ਇਸ ਗੱਲ ਨੂੰ ਧਿਆਨ ਨਾਲ ਸਮਝ ਲਈਏ, ਫਿਰ ਇੱਕ ਥਾਂ ਤੇ ਜ਼ਿਕਰ ਆਉਂਦਾ ਹੈ ਪੁਰਾਤਨ ਸਾਖੀ ਦੇ ਅੰਦਰ ਕਿ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਲੱਗੇ, ਉਸ ਤੋਂ ਪਹਿਲਾਂ ਤਿੱਤ ਮਹਿਲ ਗੁਰ ਸ਼ਬਦ ਜੋ ਹੋਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਆਪਣੀ ਜ਼ਿੰਮੇਵਾਰੀ ਭਾਈ ਲਹਿਣਾ ਜੀ ਨੂੰ ਜਦੋਂ ਗੁਰੂ ਅੰਗਦ ਸਾਹਿਬ ਦੇ ਰੂਪ ਦੇ ਵਿੱਚ ਦਿੱਤੀ, ਨਾਲ ਗੁਰਬਾਣੀ ਦੀ ਪੋਥੀ ਵੀ ਦਿੱਤੀ। ਏਦਾਂ ਹੀ ਤੀਸਰੇ ਪਾਤਸ਼ਾਹ, ਏਦਾਂ ਹੀ ਚੌਥੇ ਪਾਤਸ਼ਾਹ ਦੇ ਰੂਪ ਦੇ ਵਿੱਚ, ਏਦਾਂ ਹੀ ਪੰਜਵੇਂ ਪਾਤਸ਼ਾਹ ਦੇ ਕੋਲ ਇਹ ਬਾਣੀ ਪਹਿਲਾਂ ਜੋ ਇਕੱਤਰ ਕੀਤੀ ਹੋਈ ਸੀ, ਪਹਿਲਾਂ ਹੀ ਪਹੁੰਚੀ ਹੋਈ ਸੀ, ਉਹਨਾਂ ਨੂੰ ਮੋਹਨ ਦੀ ਜਾ ਕੇ ਉਸਤਤ ਕਰਨ ਦੀ ਜ਼ਰੂਰਤ ਨਹੀਂ ਸੀ। ਪਰ ਸਾਡੇ ਲੋਕਾਂ ਨੇ ਕੀ ਕੀਤਾ ਵੀ ਜਦੋਂ ਤੱਕ ਮੋਹਨ ਦੀ ਉਸਤਤ ਨਹੀਂ ਕਰਾ ਲੈਂਦੇ ਉਦੋਂ ਤੱਕ ਬਾਣੀ ਦੀ ਸੰਪਾਦਨਾ ਨਹੀਂ ਹੋਣ ਦਿੰਦੇ। ਕਹਿੰਦੇ ਵੀ ਜਦੋਂ ਤੱਕ ਉਸਤਤ ਨਹੀਂ ਕਰੋਗੇ ਮੋਹਨ ਦੀ, ਉਦੋਂ ਤੱਕ ਸੰਪਾਦਨਾ ਨਹੀਂ ਹੋ ਸਕਦੀ। ਫਿਰ ਦੇਖੋ ਜਦੋਂ ਆਪਾਂ ਗੁਰਬਾਣੀ ਵਿੱਚੋਂ ਸਕਰੀਨ ਦੇ ਉੱਤੇ ਤੁਹਾਡੇ ਸ਼ਬਦ ਆ ਜਾਣੇ ਨੇ, ਇਹ ਕੁਛ ਉਦਾਹਰਨਾਂ ਆਪ ਜੀ ਦੀ ਸੇਵਾ ਦੇ ਵਿੱਚ ਦਾਸ ਨੇ ਰੱਖਣ ਦਾ ਯਤਨ ਕੀਤਾ ਹੈ। ਪਹਿਲੀ ਗੱਲ ਤੇ ਆਪਣੇ ਮਨਾਂ ਵਿੱਚ ਇਹ ਗੱਲ ਬਿਲਕੁਲ ਕਲੀਅਰ ਕਰ ਲਓ ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਬਾਣੀ ਦਾ ਇੱਕ ਵੀ ਅੱਖਰ ਲੈਣ ਵਾਸਤੇ ਕਿਸੇ ਦੂਜੇ ਬੰਦੇ ਦਾ ਮੁਹਤਾਜ ਹੋਣ ਦੀ ਜ਼ਰੂਰਤ ਨਹੀਂ ਪਈ। ਸਾਰੀ ਬਾਣੀ ਉਹਨਾਂ ਕੋਲ ਪਹਿਲਾਂ ਹੀ ਮੌਜੂਦ ਸੀ। ਉਹਨਾਂ ਨੇ ਕਿਸੇ ਦੀ ਮਿਹਨਤ ਨਹੀਂ ਕੀਤੀ ਵੀ ਕਿਸੇ ਦੀ, ਬਲਕਿ ਉਹਨਾਂ ਦੀ ਲੋਕਾਂ ਨੇ ਆ ਕੇ ਮਿਹਨਤਾਂ ਕੀਤੀਆਂ। ਕਾਨਾ, ਪੀਲੂ, ਛੱਜੂ, ਸ਼ਾਹ ਹੁਸੈਨ ਵਰਗੇ ਵੀ ਸਾਡਾ ਵੀ ਕੋਈ ਸ਼ਬਦ ਪਾ ਦਿਓ। ਜਿਹੜੇ ਗੁਰੂ ਸਾਹਿਬਾਨ ਉਹਨਾਂ ਨੂੰ ਕਹਿੰਦੇ ਹੋਣ ਬਈ ਤੁਹਾਡੀ ਤੇ ਵਿਚਾਰ ਹੀ ਸਾਡੇ ਨਾਲ ਨਿਕਲਦੀ, ਅਸੀਂ ਤੁਹਾਡੇ ਸ਼ਬਦ ਕਿੱਦਾਂ ਪਾ ਦਈਏ? ਮੇਰੀ ਕੋਈ ਤੁਹਾਡੇ ਨਾਲ ਨਿੱਜੀ ਦੁਸ਼ਮਣੀ ਥੋੜੀ ਹੈ ਵੀ ਵਿਚਾਰ ਤੁਹਾਡੇ ਸੱਚ ਦੇ ਉੱਤੇ ਖਰੇ ਨਹੀਂ ਉਤਰਦੇ, ਕਸਵੱਟੀ ਨਹੀਂ ਲੱਗਦੀ ਤੁਹਾਡੇ ਸ਼ਬਦਾਂ ਦੇ ਉੱਤੇ, ਇਸ ਕਰਕੇ ਤੁਹਾਡੇ ਸ਼ਬਦ ਯੋਗ ਨਹੀਂ। ਤੇ ਗੁਰੂ ਸਾਹਿਬ ਨੇ ਦੇਖੋ ਪਹਿਲੇ ਪਾਤਸ਼ਾਹ ਨੇ 1112 ਅੰਕ ਦੇ ਉੱਤੇ ਤੁਖਾਰੀ ਸ਼ੰਤ ਦੇ ਵਿੱਚ ਮੋਹਨ ਸ਼ਬਦ ਵਰਤਿਆ। ਇਕੱਲਾ ਪੰਜਵੇਂ ਪਾਤਸ਼ਾਹ ਨੇ ਨਹੀਂ ਵਰਤਿਆ, ਉਹਨਾਂ ਨੇ ਲਿਖਿਆ ਮੋਹਨ ਮੋਹ ਲਿਆ ਮਨ ਮੇਰਾ ਬੰਧਨ ਖੋਲ ਨਿਰਾਰੇ ਨਾਨਕ ਜੋਤੀ ਜੋਤ ਸਮਾਣੀ ਜਾਂ ਮਿਲਿਆ ਹੱਥ ਪਿਆਰੇ। ਹੁਣ ਪਹਿਲੇ ਪਾਤਸ਼ਾਹ ਨੇ ਵੀ ਇੱਥੇ ਮੋਹਨ ਸ਼ਬਦ ਵਰਤਿਆ। ਹੁਣ ਪਹਿਲੇ ਪਾਤਸ਼ਾਹ ਦੇ ਵੇਲੇ ਕਿਹੜੇ ਮੋਹਨ ਨੂੰ ਲੈ ਕੇ ਆਵਾਂਗੇ ਵੀ ਉੱਥੇ ਗੁਰੂ ਸਾਹਿਬ ਉਹਨਾਂ ਦੀ ਉਸਤਤੀ ਦੇ ਵਿੱਚ ਕਹਿ ਰਹੇ ਵੀ ਤੂੰ ਮੇਰਾ ਮਨ ਮੋਹ ਲਿਆ। ਭਾਈ ਮਨ ਨੂੰ ਮੋਹਣ ਵਾਲੇ ਬਾਰੇ ਹੇ ਪ੍ਰਮਾਤਮਾ ਜੀ ਤੁਸੀਂ ਮਨ ਨੂੰ ਮੋਹਣ ਵਾਲੇ ਹੋ ਤੇ ਤੁਸੀਂ ਮਨ ਮੇਰਾ ਐਸਾ ਮੋਹ ਲਿਆ, ਮੇਰੇ ਜਿਹੜੇ ਮੋਹ ਦੇ ਬੰਧਨ ਸੀ ਉਹ ਸਾਰੇ ਖੋਲ ਦਿੱਤੇ। ਬੰਧਨ ਖੋਲ ਨਿਰਾਰੇ, ਥੋੜਾ ਜਿਹਾ ਇਕਾਗਰਤਾ ਬਖਸ਼ੋ, ਧਿਆਨ ਸ਼ਬਦ ਦੇ ਵਾਲੇ ਪਾਸੇ ਰੱਖੋ ਤਾਂ ਕਿ ਸਾਨੂੰ ਸਮਝ ਆ ਸਕੇ ਵੀ ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਕਿੰਨਾ ਕਲੀਅਰ ਸਾਨੂੰ ਇਹ ਗੱਲ ਦਾ ਜਿਹੜਾ ਨਿਰਣਾ ਦਿੱਤਾ ਗਿਆ ਵੀ ਮੋਹਨ ਕੋਈ ਵਿਅਕਤੀ ਨਹੀਂ, ਮੋਹਨ ਉਹ ਅਕਾਲ ਪੁਰਖ ਹੈ ਜਿਹਦੀ ਉਸਤਤ ਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਉਹ ਸ਼ਬਦ ਉਚਾਰਨ ਕੀਤਾ। ਨਾਨਕ ਜੋਤੀ ਜੋਤ ਸਮਾਣੀ, ਕਿਹਦੀ ਜੋਤੀ ਜੀ ਇਸਦੇ ਵਿੱਚ ਸਮਾ ਗਈ? ਜਦੋਂ ਇਕਮਿਕਤਾ ਹੋਈ ਤੇ ਉਸ ਇਕਮਿਕਤਾ ਦੇ ਵਿੱਚ ਕੀ ਮਿਲਿਆ? ਜਾਂ ਮਿਲਿਆ ਅਤ ਪਿਆਰੇ, ਉਸ ਪਿਆਰੇ ਪ੍ਰਭੂ ਦਾ ਮਿਲਾਪ ਹੋ ਗਿਆ ਮੇਰੀ ਜ਼ਿੰਦਗੀ ਦੇ ਅੰਦਰ ਜਦੋਂ ਉਹਦੇ ਨਾਲ ਇਕਮਿਕ ਹੋਇਆ। ਫਿਰ ਏਦਾਂ ਹੀ ਮੋਹਨ ਮੋਹ ਲਿਆ ਮਨ ਮੋਹੇ ਗੁਰ ਕੇ ਸ਼ਬਦ ਪਛਾਣਾ ਤੋਰੀ, ਗੁਰੂ ਦੇ ਸ਼ਬਦ ਦੇ ਦੁਆਰਾ ਤੇਰੀ ਪਹਿਚਾਣ ਹੋ ਸਕਦੀ ਹੈ ਵੀ ਤੂੰ ਕਿੱਦਾਂ ਦਾ। ਫਿਰ ਕਾਮਨ ਹਰ ਰਸ ਵੇਦੀ ਜਿਉ ਹਰ ਕੇ ਸਹਿਜ ਸੁਭਾਏ ਮਨ ਮੋਹਨ ਮੋਹ ਲਿਆ ਜਿਉ ਦੁਬਦਾ ਸਹਿਜ ਸੁਭਾਏ। ਕਾਮਨ ਇਸਤਰੀ ਨੂੰ ਕਹਿੰਦੇ, ਕਹਿੰਦੇ ਕਿ ਉਹ ਭਾਗਾਂ ਵਾਲੀ ਹੈ ਇਸਤਰੀ ਜਿਸਦੇ ਜਿਹੜਾ ਜਿਹੜੀ ਹਰੀ ਦੇ ਨਾਮ ਰਸ ਦੇ ਵਿੱਚ ਇਕਮਿਕ ਹੋਈ ਪਈ ਹੈ, ਬੀਜੀ ਪਈ ਹੈ ਤੇ ਉਹਨੇ ਕੀ ਕੀਤਾ ਉਹਦੇ ਅੰਦਰ ਉਸ ਰਸ ਨੂੰ ਮਾਣ ਕੇ ਅਡੋਲਤਾ ਆ ਗਈ, ਹੁਣ ਸੱਜੇ ਖੱਬੇ ਨਹੀਂ ਡੋਲਦੀ। ਮਨ ਮੋਹਨ ਮੋਹ ਲਿਆ ਜੀਉ ਦੁਬਦਾ ਸਹਿਜ ਸਮਾਏ, ਜਿਹੜੀ ਦੁਬਦਾ ਸੀ ਹੁਣ ਅਡੋਲਤਾ ਦੇ ਵਿੱਚ ਕਨਵਰਟ ਹੋ ਗਈ, ਹੁਣ ਅਡੋਲਤਾ ਦੇ ਵਿੱਚ ਆ ਗਈ। ਪਹਿਲਾਂ ਮਨ ਦੁਬਦਾ ਵਿੱਚ ਪਿਆ ਹੋਇਆ ਸੀ ਕਿਉਂਕਿ ਦੁਬਦਾ ਜਿਹੜੀ ਹੈ ਸਾਧ ਸੰਗਤ ਇਹ ਕਿਤੇ ਬਾਹਰ ਨਹੀਂ, ਹਰ ਇੱਕ ਚੀਜ਼ ਦਾ ਜਿਹੜਾ ਸਿੱਧਾ ਸੰਬੰਧ ਸਾਡੀ ਸੋਚ ਦੇ ਨਾਲ। ਗੁਰੂ ਸਾਹਿਬ ਨੇ ਚਿਹਰੇ ਮੋਹਰੇ ਥੋੜ੍ਹੀ ਵੀ ਉੱਥੇ ਕਿਸੇ ਨੂੰ ਥੋੜ੍ਹੀ ਲੈ ਕੇ ਸ਼ੈਣੀ ਲੈ ਕੇ ਬਿਠਾ ਦਿੱਤਾ ਵੀ ਇਹਦਾ ਚਿਹਰਾ ਮੋਹਰਾ ਠੀਕ ਕਰ। ਉਹ ਜਿਹੜੀ ਘੜੀ ਹੈ ਚੀਜ਼ ਉਹ ਕੀ ਹੈ? ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਇਹ ਘੜਿਆ ਉਹਨਾਂ ਨੇ। ਹੁਣ ਚਿਹਰੇ ਥੋੜ੍ਹੇ ਠੀਕ ਕੀਤੇ ਨੇ ਵੀ ਇਹਦਾ ਨੱਕ ਠੀਕ ਨਹੀਂ, ਇਹਦੀ ਅੱਖ ਠੀਕ ਨਹੀਂ, ਗੱਲ ਕੀਤੀ ਹੈ ਸੁਰਤ ਦੀ। ਸਾਡੀ ਸੋਚ
ਤੇ ਕਈਆਂ ਨੇ ਇਹਨੂੰ ਵੀ ਵੱਖੋ ਵੱਖਰਾ ਕਰਕੇ ਦੇਖਣਾ ਸ਼ੁਰੂ ਕਰ ਦਿੱਤਾ ਵੀ ਬੁੱਧੀ ਜਿਹੜੀ ਹੋਰ ਹੈ ਜੀ ਸੁਰਤ ਹੋਰ ਹੈ ਇਹਨੂੰ ਅਲੱਗ ਅਲੱਗ ਕਰਤਾ। ਗੱਲ ਕੀ ਸਮਝਾਈ ਆ ਵੀ ਤੁਹਾਡੀ ਸੁਰਤ ਜਿਹੜੀ ਹੈ ਗੁਰੂ ਦੇ ਸ਼ਬਦ ਵਿੱਚ ਇੱਕਮਿਕ ਹੋ ਜਾਏ ਤੇ ਉਹ ਸੁਰਤ ਨੂੰ ਉਸ ਸੋਚ ਨੂੰ ਗੁਰੂ ਸਾਹਿਬ ਨੇ ਘੜਨ ਦਾ ਜਿਹੜਾ ਹੈ ਪਰ ਉਪਕਾਰ ਸਾਡੇ ਤੇ ਕੀਤਾ। ਪਰ ਸਾਡੀ ਦਿੱਕਤ ਇਹ ਹੋ ਗਈ ਵੀ ਸਾਨੂੰ ਜਿਹੜਾ ਹੈ ਇਹਨਾਂ ਸ਼ਬਦਾਂ ਦੇ ਅਰਥ ਪੜਨ ਦਾ ਕਦੇ ਆਪ ਅਸੀਂ ਯਤਨ ਨਹੀਂ ਕੀਤਾ, ਆਪ ਅਸੀਂ ਮੌਕਾ ਨਹੀਂ ਲਿਆ। ਤੇ ਇੱਥੇ ਗੁਰੂ ਸਾਹਿਬ ਕਹਿਣ ਲੱਗੇ ਵੀ ਉਹ ਦੁਬਿਧਾ ਜਿਹੜੀ ਹੈ ਨਾ ਬੰਦੇ ਦੇ ਅੰਦਰ ਹੀ ਹੈ ਭਾਈ ਸੋਚ ਦੇ ਵਿੱਚ। ਤੇ ਇਹ ਸੋਚ ਨੂੰ ਗੁਰੂ ਸਾਹਿਬ ਨੇ ਤਬਦੀਲ ਕੀਤਾ ਅਡੋਲਤਾ ਦੇ ਵਿੱਚ। ਫਿਰ ਅੱਗੇ ਉਹਨਾਂ ਨੇ ਬਚਨ ਪੰਜਵੇਂ ਪਾਤਸ਼ਾਹ ਨੇ ਸ਼ਬਦ ਵਰਤੇ ਹੈ 1317 ਅੰਕ ਦੇ ਉੱਪਰ, ਸਭ ਸੇਵੋ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗਤ ਉਪਾਏ ਸਭੋ ਵਸ ਕੀਤਾ। ਹੁਣ ਕੱਲ ਨੂੰ ਕੋਈ ਜਗਮੋਹ ਆ ਕੇ ਖੜਾ ਹੋ ਜਾਏਗਾ, ਕੱਲ ਨੂੰ ਕੋਈ ਮਨਮੋਹਨ ਹੋਰ ਆ ਕੇ ਖੜਾ ਹੋ ਜਾਏਗਾ ਵੀ ਦੇਖੋ ਮੇਰਾ ਨਾਮ ਹੀ ਵਰਤਿਆ, ਬਈ ਗੁਰੂ ਸਾਹਿਬ ਨੇ ਮੇਰੀ ਉਸਤਤ ਕੀਤੀ ਹੈ। ਇਹ ਉਹ ਬੰਦੇ ਦਾ ਭੁਲੇਖਾ ਹੋ ਸਕਦਾ ਹੈ। ਇਹ ਮਨਮੋਹਨੋ ਜਗਮੋਹਨੋ ਇਹ ਸਾਰੇ ਕੌਣ ਨੇ? ਇਹ ਅਕਾਲ ਪੁਰਖ ਨੂੰ ਬੜੇ ਪਿਆਰ ਨਾਲ ਸੰਬੋਧਨ ਹੋ ਕੇ ਇੱਕਮਿਕਤਾ ਦਾ ਸਬੂਤ ਦਿੱਤਾ ਜਾ ਰਿਹਾ ਹੈ ਵੀ ਕਿੰਨਾ ਕੁ ਪਿਆਰਾ ਲੱਗਦਾ ਹੈ ਤੂੰ ਮੈਨੂੰ। ਕੀ ਕੀਤਾ ਹੋਇਆ ਉਹਨੇ? ਅੱਗੇ ਉਦਾਹਰਣ ਦਿੱਤੀ, ਕਹਿਣ ਲੱਗੇ ਜਿਨ ਜਗਤ ਉਪਾਏ, ਜਿਹਨੇ ਸੰਸਾਰ ਸਾਰਾ ਪੈਦਾ ਕਰਕੇ ਕੀ ਕੀਤਾ ਹੋਇਆ? ਸਭੋ ਵਸ ਕੀਤਾ, ਆਪਣੇ ਵਸ ਵਿੱਚ ਰੱਖਿਆ ਹੋਇਆ। ਉਹਦੇ ਬਣਾਏ ਹੋਏ ਨਿਯਮਾਂ ਨੂੰ ਕੋਈ ਬੰਦਾ ਤੋੜ ਨਹੀਂ ਸਕਦਾ, ਕੋਈ ਉਹਦੇ ਬਣਾਏ ਹੋਏ ਨਿਯਮਾਂ ਨੂੰ ਚੇਂਜ ਨਹੀਂ ਕਰ ਸਕਦਾ। ਜਿਵੇਂ ਆਪਾਂ ਸੁਖਮਨੀ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ ਨਾ ਬਈ ਕਰਨ ਕਰਾਵਨ ਆਪੇ ਆਪ ਮਾਨੁਖ ਕਹਿ ਕੇ ਚ। ਹੁਣ ਇਹ ਨਹੀਂ, ਕਈਆਂ ਨੇ ਇਹ ਭੁਲੇਖਾ ਲੈ ਲਿਆ ਵੀ ਦੇਖੋ ਜੇ ਸਾਡੇ ਹੱਥ 'ਚ ਨਹੀਂ ਫਿਰ ਆਪਾਂ ਕੀ ਕਰੀਏ। ਗੱਲ ਉਹ ਕੰਮ ਦੀ ਨਹੀਂ ਕੀਤੀ ਜਿਹੜੀ ਅਸੀਂ ਰੋਜ਼ਾਨਾ ਦੇ ਕਰਦੇ ਹਾਂ, ਉਹ ਤੇ ਅਸੀਂ ਹੱਥੀ ਕਰਨੇ ਆ। ਗੱਲ ਕੀਤੀ ਹੈ ਅਕਾਲ ਪੁਰਖ ਦੇ ਬਣਾਏ ਹੋਏ ਨਿਯਮਾਂ ਦੀ ਵੀ ਬੰਦੇ ਆ ਉਹ ਆਪ ਮਾਲਕ ਇਸ ਸ੍ਰਿਸ਼ਟੀ ਦਾ ਕਰਤਾ ਹੈ, ਉਹਨੇ ਕੀਤਾ ਹੋਇਆ ਹੈ, ਤੇਰੇ ਹੱਥ 'ਚ ਨਹੀਂ ਵੀ ਉਹਦੇ ਬਣਾਏ ਹੋਏ ਨਿਯਮਾਂ ਨੂੰ ਤੂੰ ਤਬਦੀਲ ਕਰ ਸਕੇ। ਇਹ ਤੇਰੇ ਹੱਥ 'ਚ ਨਹੀਂ ਵੀ ਤੂੰ ਕਹੇ ਵੀ ਮੈਂ ਹੁਣ ਕੁਛ ਵੀ ਨਹੀਂ ਕਰਨਾ, ਨਾ ਨਾ। ਉਦਮੀ ਤੇ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਵੀ ਉਦਮ ਕਰਿੰਦੇ ਆ ਜੀਓ, ਤੂੰ ਉਦਮੀ ਬਣਾਇਆ ਸਾਨੂੰ। ਇਹ ਨਿਯਮਾਂ ਦੀ ਗੱਲ ਚੱਲ ਰਹੀ ਹੈ ਵੀ ਜੋ ਸ੍ਰਿਸ਼ਟੀ ਦੇ ਨਿਯਮ ਅਕਾਲ ਪੁਰਖ ਨੇ ਸਿਰਜੇ ਨੇ ਉਹਨਾਂ ਨਿਯਮਾਂ ਦੇ ਤਹਿਤ ਕੇਵਲ ਬਦਲਾਵ ਇੱਕ ਅਕਾਲ ਪੁਰਖ ਦੇ ਹੱਥ ਹੈ, ਕੋਈ ਬੰਦਾ ਉਹਨੂੰ ਤਬਦੀਲ ਨਹੀਂ ਕਰ ਸਕਦਾ। ਤੇ ਫਿਰ ਅੱਗੇ ਬਚਨ ਵਰਤੇ ਨੇ ਮੋਹਨ ਸਭ ਜੀ ਤੇਰੇ ਤੂੰ ਤਾਰੈ। ਹੇ ਮੋਹਨ ਜੀ, ਅਕਾਲ ਪੁਰਖ ਜੀ, ਇਹ ਜਿੰਨੇ ਸਾਰੇ ਜੀਵ ਪੈਦਾ ਕੀਤੇ ਨੇ ਨਾ ਇਹ ਤੇਰੇ ਹੀ ਨੇ। ਤੇ ਫਿਰ ਕਹਿੰਦੇ ਤੂੰ ਤਾਰੈ ਤੇ ਤੂੰ ਹੀ ਇਹਨਾਂ ਨੂੰ ਤਾਰਨ ਵਾਲਾ, ਕੋਈ ਹੋਰ ਨਹੀਂ ਤਾਰ ਸਕਦਾ। ਛੁੱਟੈ ਸੰਘਾਰ, ਸੰਘਾਰ ਕਿਹਨੂੰ ਕਹਿੰਦੇ ਨੇ? ਜਿਹੜਾ ਬਹੁਤ ਕੁਕਰਮੀ ਪਾਪ ਕਰਨ ਵਾਲਾ ਹੈ, ਲੋਕਾਂ ਦਾ ਸੰਘਾਰ ਕਰਨ ਵਾਲਾ ਹੈ। ਕਹਿੰਦੇ ਜਿਹੜਾ ਤੇਰੇ ਨਾਲ ਜੁੜਦਾ, ਹੁਣ ਧਿਆਨ ਨਾਲ ਸ਼ਰਵਣ ਕਰਿਓ, ਅੱਗੇ ਸ਼ਬਦ ਦੇ ਵਿੱਚ ਵੀ ਇਹ ਉਦਾਹਰਣ ਆਏਗੀ। ਕਹਿਣ ਲੱਗੇ ਛੁੱਟੈ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਿਮੰਡ ਉਦਾਹਰਣ। ਕਹਿੰਦੇ ਜੇ ਗੁਰੂ ਦੀ ਸਿੱਖਿਆ ਉਸ ਮਨੁੱਖ ਦੇ ਜੀਵਨ ਦੇ ਵਿੱਚ ਵੀ ਵਸ ਜਾਏ ਤੇ ਵੱਡੇ ਵੱਡੇ ਪਾਪ ਕਰਨ ਵਾਲੇ ਵੀ ਸੱਚ ਵਾਲੇ ਪਾਸੇ ਆ ਜਾਂਦੇ ਨੇ ਤੇ ਕੁਕਰਮੀ ਜੀਵਨ ਛੱਡ ਦਿੰਦੇ। ਅਖੀਰ ਦੇ ਵਿੱਚ ਜਿਹੜੀ ਉਦਾਹਰਣ ਹੈ, ਮੋਹਨ ਘਰ ਆਵੋ ਕਰੋ ਜੋਦਰੀਆ, ਮਾਨ ਕਰੋ ਅਭਿਮਾਨੈ ਬੋਲੋ ਝੂਲ ਚੂਕ ਤੇਰੀ ਪ੍ਰਿਯ ਚੀਰੀਆ। ਹੁਣ ਇਹਦੇ ਵਿੱਚ ਕਹਿ ਰਹੇ ਨੇ ਹੇ ਸੋਹਣੇ ਮੋਹਨ ਨੂੰ, ਮਨ ਨੂੰ ਮੋਹਣ ਵਾਲੇ, ਮੇਰੇ ਹਿਰਦੇ ਰੂਪੀ ਘਰ ਚ ਆਓ, ਮੈਂ ਵਾਰ ਵਾਰ ਤੈਨੂੰ ਬੇਨਤੀ ਕਰਦੀ ਹਾਂ ਵਾਰ ਵਾਰ। ਕਹਿੰਦੇ ਮੇਰੇ ਚੌਗਣ ਵੀ ਨੇ। ਹੁਣ ਦੇਖੋ ਨਾਲ ਉਹਨਾਂ ਨੇ ਲਿਖਿਆ, ਪਹਿਲੀ ਗੱਲ ਲਿਖੀ ਮਾਨ ਕਰੋ, ਮੈਂ ਮਾਣ ਕਰਦਾ ਤੇਰੇ ਤੇ, ਮੈਨੂੰ ਮਾਣ ਹੈ ਤੇਰੇ ਤੇ ਬਹੁਤ, ਪਰ ਮੇਰੀ ਕਮੀ ਕੀ ਹੈ? ਅਭਿਮਾਨੈ ਬੋਲੋ, ਮੈਂ ਹੰਕਾਰੀ ਹੋ ਕੇ ਕਈ ਵਾਰੀ ਬੋਲ ਬੋਲ ਦਿੰਦਾ, ਮੈਨੂੰ ਹੰਕਾਰ ਹੋ ਜਾਂਦਾ। ਅਭਿਮਾਨੈ ਬੋਲੋ ਭੂਲ ਚੂਕ, ਕਹਿੰਦੇ ਮੇਰੀ ਭੁੱਲ ਹੈ, ਪਰ ਮੈਂ ਇੱਕ ਬੇਨਤੀ ਕਰਦਾ ਵੀ ਇਹ ਮੈਂ ਮੰਨਦਾ। ਇੱਥੇ ਮੰਨਣ ਦੀ ਖੇਡ ਚ ਆਇਆ ਹੈ, ਆਪਾਂ ਤੇ ਮੰਨਦੇ ਹੀ ਨਹੀਂ। ਅਗਲਾ ਕਹਿੰਦਾ ਵੀ ਤੂੰ ਬੜਾ ਹੰਕਾਰੀ ਇਕੱਲਾ, ਕਹਿੰਦੇ ਮੇਰੇ ਵਰਗਾ ਤੇ ਨਿਮਰਤਾ ਵਾਲਾ ਕੋਈ ਨਹੀਂ, ਮੈਨੂੰ ਤੇ ਬੜੀ ਭਾਈ ਨਿਮਰਤਾ ਦੀ ਤੇ ਮੈਂ ਗੁੱਥੀ ਬੰਨੀ ਹੋਈ ਹੈ, ਜਿਹੜਾ ਮੈਨੂੰ ਪੁੱਛਦਾ ਵੀ ਭਾਈ ਨਿਮਰਤਾ ਕੀ ਹੁੰਦੀ, ਮੈਨੂੰ ਖੋਲ ਖੋਲ ਕੇ ਦੇਣਾ, ਮੈਂ ਤੇ ਮੰਨਦਾ ਹੀ ਮੈਂ ਹੰਕਾਰੀ ਹਾਂ। ਸਤਿਗੁਰੂ ਕਹਿਣ ਲੱਗੇ ਵੀ ਉਹ ਮੰਨੀ ਬੈਠਾ, ਮੈਂ ਬੇਨਤੀ ਕਰਦਾ।